ਉਹਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਓਕੇ, ਥੈਂਕ ਯੂ। ਤੇਰੇ ਨਾਲ ਹੁਣੇ ਤੁਹਾਡੇ ਨਾਲ ਸੀਐਮ ਸਾਹਿਬ ਗੱਲ ਕਰ ਰਹੇ ਸੀ। ਅਸੀਂ ਔਰ ਤੁਹਾਨੂੰ ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਨੌਕਰੀ ਦਿਵਾਉਣ ਦੀ, ਇਹੀ ਸਾਡਾ ਪ੍ਰੋਗਰਾਮ ਹੈ ਸਰਕਾਰ ਦਾ। ਪਹਿਲਾਂ ਤੁਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਬਾਰੇ ਫੋਨ ਕਰਨ ਦੀਆਂ ਇਹ ਲਾਈਵ ਤਸਵੀਰਾਂ ਦੇਖੋ। ਹੈਲੋ ਵਿਕਰਮਜੀਤ, ਕਿੱਥੇ ਰਹਿੰਦੇ ਹੋ ਤੁਸੀਂ? ਪੰਜਾਬ ਤਾਂ ਹੈ, ਪਰ ਕਿਹੜੀ ਜਗ੍ਹਾ, ਕਿਹੜਾ ਪਿੰਡ ਹੈ ਤੁਹਾਡਾ ਜਾਂ ਸ਼ਹਿਰ ਆ? ਹੈਂਜੀ, ਤਰਨ ਤਾਰਨ। ਅੱਛਾ, ਤੁਸੀਂ ਨੌਕਰੀ ਪਾਲ ਰਹੇ ਹੋ? ਕੀ ਕਿੰਨੇ ਪੜ੍ਹੇ ਹੋ ਤੁਸੀਂ? 12। ਆ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ, ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ? ਹਾਂ, ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਉਸੀ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ, ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼। ਹੁਣ ਅਸੀਂ ਤੁਹਾਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਉਂਦੇ ਹਾਂ। ਮੁੱਖ ਮੰਤਰੀ ਕੈਪਟਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ, ਜਿਸ 'ਚ ਕੈਪਟਨ ਖੁਦ ਤਰਨ ਤਾਰਨ ਦੇ ਇੱਕ ਨੌਜਵਾਨ ਬਿਕਰਮਜੀਤ ਸਿੰਘ ਨੂੰ ਨੌਕਰੀ ਲਈ ਫੋਨ ਕਰਦੇ ਨੇ। ਮੁੱਖ ਮੰਤਰੀ ਨੇ ਨੌਜਵਾਨ ਨੂੰ ਕਈ ਸਵਾਲ ਕੀਤੇ। ਉਧਰ ਨੌਜਵਾਨ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਖੁਦ ਫੋਨ ਕੀਤਾ। ਨੌਜਵਾਨ ਨੂੰ ਯਕੀਨ ਦਿਵਾਉਣ ਲਈ ਫਿਰ ਦੁਬਾਰਾ ਕੈਬਨਿਟ ਮੰਤਰੀ ਚਰਨਜੀਤ ਚੰਨੀ ਵੱਲੋਂ ਨੌਜਵਾਨ ਦੀ ਕੈਪਟਨ ਦੇ ਨਾਲ ਗੱਲ ਕਰਵਾਈ ਜਾਂਦੀ ਹੈ। ਹੁਣ ਤੁਸੀਂ ਦੇਖੋ ਲਾਈਵ ਵੀਡੀਓ। ਹੈਲੋ ਵਿਕਰਮਜੀਤ, ਕਿੱਥੇ ਰਹਿੰਦੇ ਹੋ ਤੁਸੀਂ? ਪੰਜਾਬ ਤਾਂ ਹੈ, ਪਰ ਕਿਹੜੀ ਜਗ੍ਹਾ, ਕਿਹੜਾ ਪਿੰਡ ਹੈ ਤੁਹਾਡਾ ਜਾਂ ਸ਼ਹਿਰ ਆ? ਹੈਂਜੀ, ਤਰਨ ਤਾਰਨ। ਅੱਛਾ, ਤੁਸੀਂ ਨੌਕਰੀ ਪਾਲ ਰਹੇ ਹੋ? ਕੀ ਕਿੰਨੇ ਪੜ੍ਹੇ ਹੋ ਤੁਸੀਂ? 12। ਆ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ, ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ? ਹਾਂ, ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਉਸੀ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ, ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਔਰ ਤੁਹਾਨੂੰ ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਨੌਕਰੀ ਦਿਵਾਉਣ ਦੀ, ਇਹੀ ਸਾਡਾ ਪ੍ਰੋਗਰਾਮ ਹੈ ਸਰਕਾਰ ਦਾ ਔਰ ਇਹੀ ਅਸੀਂ ਦੇਖ ਰਹੇ ਹਾਂ। ਵਧੀਆ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਓਕੇ, ਥੈਂਕ ਯੂ। ਤੇਰੇ ਨਾਲ ਹੁਣੇ ਤੁਹਾਡੇ ਨਾਲ ਸੀਐਮ ਸਾਹਿਬ ਗੱਲ ਕਰ ਰਹੇ ਸੀ, ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਜੀ। ਸਰ, ਯਕੀਨ ਨਹੀਂ ਆ ਰਿਹਾ, ਇੱਕ ਵਾਰ ਫਿਰ ਕਰਾਵਾਂ? ਡਾਕਟਰ ਵੀ ਉਤਰੀ ਵੀ ਇੱਥੇ ਆ, ਆਪਾਂ ਮਿਲੇ ਹਾਂ ਪਹਿਲਾਂ ਸਰ? ਥੋੜ੍ਹੇ ਸੱਚ ਜੀ, ਕਿੱਥੇ ਮਿਲੇ ਆਪਾਂ? ਅੱਛਾ, ਨਹੀਂ ਬੇਟਾ, ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਔਰ ਕੋਸ਼ਿਸ਼ ਸਾਡੀ ਹੈ ਕਿ ਜਿਹੜੇ ਆਪਣੇ ਤੁਹਾਡੇ ਵਰਗੇ ਬੱਚੇ ਬੈਠੇ ਨੇ, ਅਸੀਂ ਉਹਨਾਂ ਨੂੰ ਨੌਕਰੀ ਕੋਈ ਦਵਾ ਸਕੀਏ। ਔਰ ਤੁਹਾਨੂੰ ਆਹੀ ਨੰਬਰ ਜਿਹੜਾ ਪਹਿਲਾਂ ਆਇਆ ਸੀ, ਉਸੇ ਨੰਬਰ 'ਤੇ ਤੁਹਾਨੂੰ ਟੈਲੀਫੋਨ ਆਊਗਾ, ਜਦ ਅਸੀਂ ਭਾਲ ਲਾਂਗੇ ਤੁਹਾਡੇ ਵਾਸਤੇ। ਅੱਛਾ ਬੇਟਾ, ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੌਜਵਾਨ ਨੂੰ ਫੋਨ ਕੀਤਾ ਸੀ। ਕੈਪਟਨ ਵੱਲੋਂ ਨੌਜਵਾਨ ਨੂੰ ਨੌਕਰੀ ਲਈ ਫੋਨ ਕਰਨ ਦੀ ਵੀਡੀਓ ਕਪੂਰਥਲਾ ਦੀ ਦੱਸੀ ਜਾ ਰਹੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।